करते का है जारो तितकार गावो सोहला तितकार गावो सो सिवरहु सृजन हारो सिवरहु सृजन हारो। ये जे गुणगान भी करना ना वाणी दा कीर्तन भी करना गाना भी है पढ़ना भी है बाद वाणी नूं उसे घर च बैठ के पढ़ी जावे फिर गल बनती है इहदी। जे उस घर ते बिना पढ़े फिर इहदा कोई असर नहीं है त्रिकुटी बैठ के कोई असर नहीं है तुहाडे ते। हुण जिथे जी ने बैठ के उचारण कीती है यानी एक बार एक चित होए ते बिना पढ़े बाणी फिर असर करदी है वरना कोई असर नहीं करदी। जिन्ना चिर एक चित एक बार एक चित होके विचार करे फिर असर करदी है वरना असर कोई नहीं करती। जे मन कते फिरदा है बाणी पढ़ रहा है फिर इन्हें असर की करना ना इहदी समझ आवे ना इहदा असर होवे। जे ध्यान तां लोकां जा बैठे पूरे पब्लिक च कीर्तन बाजे नाल शब्द पढ़ रहे है कीर्तन तां नहीं कह सकदा उहनूं मैं कीर्तन तां हुंदा ही नहीं है कीर्तन तां विचार दा रोग। इहनां ने कीर्तन जाण के रख लिया ना कीर्तन नूं बढ़ाई दित्ती है बाणी च इहनां ने आ गुण जिहड़े शब्द पढ़ने ने शब्द चौकी दा नाम कीर्तन रख लिया बड़े बेईमान ने रागी जाण के नाम रख लिया रखे राड़े वाले ने राड़े वाले तो शुरू होया पहला इन्हू शब्द शब्द चौकी की अरदास हूं भी कहते कीर्तन होर चीज है कीर्तन वाले का एक शब्द ही है कीर्तनी जोड़ा है वह कर ताल पखावज नैना माथे बजे रबाबा वो है कर ताल माना चितनी ताल एक होवे ता कीर्तन होता कर रहे दो मन और चित करी ताल मन और चित नूं एक ताल एक सुर कर इन्हों पखावज नैना अखा नहीं अंदर लेना ओदा पखा फिरे माथे बजे रबाबा फिर ओदे चो रबाब फिर जो आपे ही राग रतन परवार पड़िया शब्द गा बनाइया राग तो आपे ही फुट पैंदा मत्थे चो राग आपे ही फुट पैंदा है राग दिकण की लोड़ नहीं है राग रा आपे ही आ जाता है राग रतन परवार पड़िया शब्द गा बनाइया ये है कीर्तनी कीर्तनी है वह असी जिन्होंने बाणी लिखी है ये कीर्तनी है ਉਹ ਹੈ ਕੀਰਤਨ ਜਿਹਨੇ ਬਾਣੀ ਲਿਖੀ ਆ ਉਹ ਕੀਰਤਨੀਏ ਨੇ ਇਹ ਕੌਣ ਨੇ ਇਹਨੇ ਰਾਗੀ ਕੋਈ ਗਾਵੇ ਰਾਗੀ ਨਾਦੀ ਬੇਦੀ ਉਹ ਭਾਂਤ ਕਰ ਲਈ ਹਰ ਹਰ ਭੀਜੇ ਰਾਮ ਰਾਜੇ ਰਾਗੀ ਨੇ ਰਾਗੀ ਕੀਰਤਨੀਏ ਬਣ ਗਏ ਇਹ ਤਾਂ ਬਲੈਕਮੇਲਰ ਨੇ ਰਾਗੀ ਕਿਉਂ ਨਹੀਂ ਕਹਾਇਆ ਕੀਰਤਨੀਏ ਕਿਉਂ ਕਹਾਏ ਨੇ ਰਾਗੀ ਤਾਂ ਕਹਾਉਂਦੇ ਨੇ ਪਰ ਕੀਰਤਨੀਏ ਕਿਉਂ ਨਾਲ ਕਹਿੰਦੇ ਨੇ ਆਪਣੇ ਆਪ ਨੂੰ ਕੀਰਤਨੀਆਂ ਤਾਂ ਫਿਰ ਉਹਨਾਂ ਦੀ ਬਰਾਬਰੀ ਕਰਦੇ ਨੇ ਫਿਰ ਗੁਰੂਆਂ ਦੀ ਕੀਰਤਨੀਆਂ ਕਹਿ ਕੇ ਉਹਨਾਂ ਦੀ ਬਰਾਬਰੀ ਕਰਦੇ ਨੇ ਭਗਤਾਂ ਦੀ ਮਾਇਆ ਖਾਤਰ ਧੰਦਾ ਬਣਾਇਆ ਹੋਇਆ ਤੁਹਾਡਾ ਕਹਿੰਦੇ ਅਸੀਂ ਕੀਰਤਨੀ ਧੰਦਾ ਤਿਤਕਾਰ ਗਾਵੋ ਸੋਹਿਲਾ ਤਿਤਕਾਰ ਗਾਵੋ ਸੋਹਿਲਾ ਉਸੇ ਘਰ ਬੈਠ ਕੇ ਗਾਵੋ ਗਾਵੋ ਲਿਖਿਆ ਹੋਇਆ ਜੇ ਉਸ ਘਰ ਬੈਠ ਕੇ ਦੇਖੋ ਜੇ ਉਸ ਘਰ ਬੈਠ ਕੇ ਗਾਵਾਂਗੇ ਤਾਂ ਗਾਇਨਾ ਹੈ ਜੇ ਉਸ ਘਰ ਨਹੀਂ ਬੈਠ ਕੇ ਗਾਵਾਂਗੇ ਫਿਰ ਪੜ੍ਹਨਾ ਪੜ੍ਹਨ ਨਾਲ ਗਾਉਣ 'ਚ ਫਰਕ ਹੈ ਪੜ੍ਹ ਪੜ੍ਹ ਗੱਡੀ ਲੱਦੀਏ ਜੇ ਤਾਂ ਇਸ ਪੁਜੀਸ਼ਨ 'ਚ ਜਿਹੜੀ ਦੱਸੀ ਹੈ ਪੜ੍ਹਾਂਗੇ ਫਿਰ ਤਾਂ ਗਾਉਣਾ ਬਣ ਜੂ ਇਹ ਪਰ ਪੜ੍ਹਨਾ ਨਹੀਂ ਹੈ ਜੇ ਗਾਉਣਾ ਤਾਂ ਇਸ ਘਰ ਬੈਠ ਕੇ ਗਾਓ ਲੋੜ ਨਹੀਂ ਹੈ ਕਿਸੇ ਚੀਜ਼ ਦੀ ਢੋਲਕੀ ਕਿਸੇ ਚੀਜ਼ ਦੀ ਲੋੜ ਨਹੀਂ ਬਾਜੇ ਦੀ ਲੋੜ ਨਹੀਂ ਹੈ ਸਮਝਿਆ ਨਹੀਂ ਕਿਸੇ ਸਾਜ਼ ਦੀ ਲੋੜ ਨਹੀਂ ਹੈ ਬਿਲਕੁਲ ਵੀ ਤਿਤ ਕਰ ਗਾਵੋ ਸੋਹਿਲਾ ਇਸ ਘਰ ਗਾਇਆ ਜਾਊਗਾ ਜੇ ਇਸ ਘਰ ਦੇ ਬਿਨਾਂ ਤੁਸੀਂ ਗਾਉਂਦੇ ਹੋ ਫਿਰ ਪੜ੍ਹਿਆ ਹੋਇਆ ਉਹਨੂੰ ਪੜ੍ਹਨਾ ਕਹਿੰਦੇ ਨੇ ਪੜ੍ਹ ਪੜ੍ਹ ਗੱਡੀ ਲੱਦੀ ਹੈ ਲੱਦੀ ਹੈ ਉਹ ਪੜ੍ਹਨਾ ਹੀ ਹੈ ਸਿਵਰਿਓ ਸਿਰਜਣਾ ਹਾਰੋ ਉਹ ਪੜ੍ਹਨਾ ਹੈ ਫਿਰ ਮਨ ਕਿਤੇ ਫਿਰਦਾ ਉਹ ਪੜ੍ਹਨਾ ਪੜ੍ਹਨ ਵਾਲੇ ਦਾ ਮਨ ਇੱਕ ਥਾਂ ਨਹੀਂ ਹੁੰਦਾ ਜ਼ਰੂਰੀ ਨਹੀਂ ਮਨ ਉਹਦਾ ਹੋਵੇ ਇੱਕ ਥਾਂ
ਉਹਨੂੰ ਪਤਾ ਵੀ ਨਹੀਂ ਲੱਗਦਾ ਕਈ ਵਾਰ ਮੈਂ ਪੜ੍ਹ ਗਿਆ, ਪਾਠ ਕਰਦਿਆਂ ਕਰਦਿਆਂ ਨੂੰ ਪਤਾ ਨਹੀਂ ਹੁੰਦਾ ਕੀ ਪੜ੍ਹ ਰਹੇ ਹਾਂ, ਉਹ ਬੋਲ ਰਿਹਾ ਧਿਆਨ ਕਿਤੇ ਹੋਰ ਹੈ। ਉਹਨੂੰ ਪੜ੍ਹਨ ਔਰ ਦੋਹਾਂ ਦੇ ਵਿੱਚ ਗਾਉਣ 'ਚ ਇਹ ਫਰਕ ਹੈ। ਤਿਤ ਕਰ ਗਾਵੋ ਸੋਹਿਲਾ, ਉਸ ਘਰ ਗਾਇਓ ਇਹਨੂੰ ਬਾਣੀ ਨੂੰ, ਹੋਰ ਕਿਤੇ ਗਾਓਗੇ ਉਹਦਾ ਫਰਕ ਇੱਕ ਕੌਡੀ ਜਿਹਾ ਫੜ ਲਈ ਹੈ। ਸਿਵਰਿਓ ਸਿਰਜਣ ਹਾਰੋ, ਸਿਵਰਿਓ ਸਿਰਜਣ ਹਾਰੋ, ਔਰ ਸਿਰਜਣ ਹਾਰ ਨੂੰ ਸਿਰਜਣ ਹਾਰ ਕੌਣ ਹੈ? ਸਿਰਜਣ ਹਾਰ ਹੁਕਮ ਹੈ, ਸਾਰੀ ਸ੍ਰਿਸ਼ਟੀ ਜਿਹਨੇ ਸਿਰਜੀ ਹੈ, ਚੰਦ ਸੂਰਜ ਬਣਾਏ ਨੇ, ਉਹਦਾ ਸਿਮਰਨ ਕਰਿਓ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਧਿਆਨ ਉਹ ਚ ਰੱਖਿਓ, ਧਿਆਨ ਸਿਰਜਣਹਾਰ ਦੀ ਇੱਕ ਵਡਿਆਈ ਹੈ, ਇਹ ਮਤਲਬ ਹੈ ਸਿਰਜਣਹਾਰ ਬਾਰੇ ਹੀ ਹੈ ਸਭ ਕੁਛ, ਇਹ ਵਡਿਆਈ ਉਹਦੀ ਹੈ। ਧਿਆਨ ਉਹ ਚ ਰੱਖੋ ਵੀ ਸਿਰਜਣਹਾਰ ਨੂੰ ਹਰੇ ਗੱਲ ਕਹੀ ਹੋਈ ਹੈ, ਜੇ ਸਿਰਜਣਹਾਰ ਨੂੰ ਗੱਲ ਕਹੀ ਹੋਈ ਹੈ ਤਾਂ ਸਭ ਤੋਂ ਵੱਡਾ ਸਤਿਗੁਰ ਨਾਨਕ ਜਦ ਕਹੀ ਉਹ ਵੀ ਸਿਰਜਣਹਾਰ ਨੂੰ ਹੀ ਕਹੀ ਹੋਈ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ ਤਾਂ ਕਹਿ ਰਿਹਾ ਸਭ ਤੋਂ ਵੱਡਾ ਸਿਰਜਣਹਾਰ ਹੈ। ਨਾਨਕ ਦੇ ਵੱਡਾ ਤਾਂ ਨਾਨਕ ਦਾ ਪਿਓ ਸੀਗਾ, ਨਾਨਕ ਵੱਡੀ ਤਾਂ ਬੀਬੀ ਨਾਨਕੀ ਸੀ, ਉਹ ਵੀ ਵੱਡੀ ਸੀ ਉਮਰ 'ਚ, ਵੱਡੀ ਨਹੀਂ ਸੀ, ਤੁਸੀਂ ਕਿਵੇਂ ਕਹਿੰਦੇ ਵੱਡਾ ਸੀ? ਉਹ ਨਾਨਕੀ ਵੱਡੀ ਸੀ, ਉਦੋਂ ਮਾਂ ਵੱਡੀ ਸੀ, ਪਿਓ ਵੱਡਾ ਸੀ, ਦਾਦਾ ਵੱਡਾ ਸੀ, ਇਹ ਤਾਂ ਮਹਾਂ ਝੂਠੇ ਆਦਮੀ ਨੇ, ਬਿਲਕੁਲ ਪਾਗਲ। ਕਾਗਜ਼ ਦੇਖ ਲਓ, ਰਿਕਾਰਡ ਦੇਖ ਲਓ, ਵੱਡੇ ਕਿਵੇਂ ਨਹੀਂ ਸੀ, ਜਿਹੜਾ ਪਹਿਲਾਂ ਜਿਵੇਂ ਵੱਡਾ ਹੁੰਦਾ ਹੀ ਹੈ।